ਅੰਮ੍ਰਿਤਸਰ ਸਾਹਿਬ ਦੇ ਗੁਰਸਿੱਖ ਮੰਜੇ ਤੇ ਪਿਆ ਪਿਆ ਚਮਤਕਾਰੀ ਢੰਗ ਦੇ ਨਾਲ ਹੀ ਕੰਕਾਲ ਬਣ ਗਿਆ ਅਤੇ ਉਸ ਦਾ ਕੰਕਾਲ ਦੇਖ ਕੇ ਪੂਰੇ ਮਹੱਲੇ ਦੇ ਵਿੱਚ ਭਗਦੜ ਮਚ ਗਈ। ਅਜਿਹਾ ਕੀ ਹੋਇਆ ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਕੱਲ ਜਿੱਥੇ ਹਰਿਮੰਦਰ ਸਾਹਿਬ ਦੀ ਹੋਂਦ ਅਤੇ ਪਵਿੱਤਰ ਸਰੋਵਰ ਦੇ ਉੱਤੇ ਲੋਕ ਤਰਕ ਕਰਨ ਲੱਗ ਚੁੱਕੇ ਨੇ, ਉੱਥੇ ਹੀ ਲੰਗਰ ਪ੍ਰਥਾ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਪਰ ਸਿੱਖ ਧਰਮ ਦੇ ਵਿੱਚ ਲੰਗਰ ਜਾਂ ਫਿਰ ਕਿਸੇ ਭੁੱਖੇ ਦੀ ਭੁੱਖ ਮਿਟਾਉਣਾ ਕਿੰਨਾ ਵੱਡਾ ਕਰਮ ਹੈ, ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਇਹ ਵੀਡੀਓ ਦੇਖ ਕੇ ਇੱਕ ਵਾਰ ਤਾਂ ਤੁਸੀਂ ਜ਼ਰੂਰ ਸੋਚੋਗੇ ਕਿ ਅਜਿਹਾ ਵੀ ਕੁਝ ਦੁਨੀਆ ਦੇ ਵਿੱਚ ਹੋ ਰਿਹਾ ਹੈ, ਅਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਸਾਡੇ ਤੁਹਾਡੇ ਨਾਲ ਵੀ ਅਜਿਹਾ ਕੁਝ ਹੋ ਸਕਦਾ ਹੈ। ਜਿਹੋ ਜਿਹੀ ਨੌਜਵਾਨ ਪੀੜ੍ਹੀ ਜਿਹੜੇ ਰਸਤਿਆਂ ਦੇ ਉੱਤੇ ਚੱਲ ਪਈ ਹੈ, ਰਿਟਾਇਰ ਮੇਜਰ ਜਨਰਲ ਆਤਮ ਸਿੰਘ ਦੀ ਇਹ ਘਟਨਾ ਤੁਹਾਨੂੰ ਹਿਲਾ ਕੇ ਰੱਖ ਦੇਵੇਗੀ। ਆਤਮ ਸਿੰਘ ਅੰਮ੍ਰਿਤਸਰ ਪਾਕਿਸਤਾਨ ਬਾਰਡਰ ਦੇ ਉੱਤੇ ਪੈਂਦੇ ਇੱਕ ਪਿੰਡ ਦੇ ਵਿੱਚੋਂ ਜਨਮ ਲੈ ਕੇ ਗਰੀਬੀ ਦੀਆਂ ਮਾਰਾਂ ਝੱਲ ਕੇ ਇੰਡੀਅਨ ਆਰਮੀ ਦੇ ਵਿੱਚ ਆਏ ਅਤੇ ਹੌਲੀ ਹੌਲੀ ਤਰੱਕੀ ਕਰਕੇ ਉਹ ਉੱਚੀ ਤੋਂ ਉੱਚੀ ਪੋਸਟ ਦੇ ਉੱਤੇ ਪਹੁੰਚ ਗਏ। ਆਤਮ ਸਿੰਘ ਇੱਕ ਅੰਮ੍ਰਿਤਧਾਰੀ 6 ਫੁੱਟਾ ਸਿੰਘ, ਬਾਣੀ ਦਾ ਧਾਰਨੀ, ਉੱਚਾ ਸੁੱਚਾ ਸਿੱਖ ਫੌਜੀ, ਫੌਜ ਦੇ ਇੱਕ ਉੱਚ ਅਹੁਦੇ ਉੱਤੇ ਕੰਮ ਕਰਦਾ ਸੀ। ਦੇਖਣ ਵਾਲਾ ਇੱਕ ਵਾਰ ਜ਼ਰੂਰ ਪ੍ਰਭਾਵਿਤ ਹੋਵੇਗਾ ਉਸ ਦੀ ਸ਼ਾਨ ਅਤੇ ਸਿੱਖੀ ਜੀਵਨ ਦੇਖ ਕੇ, ਪਰ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਕਮੀ ਸੀ, ਇੱਕ ਬਹੁਤ ਹੀ ਵੱਡੀ ਕਮੀ। ਬਾਣੀ ਤਾਂ ਰੋਜ਼ ਜਪਦਾ ਸੀ ਪਰ ਦਿਲ ਦੇ ਵਿੱਚ ਦਇਆ ਭਾਵਨਾ ਨਹੀਂ ਸੀ, ਕਦੀ ਵੀ ਕਿਸੇ ਦੀ ਮਦਦ ਨਹੀਂ ਕਰਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਹਰ ਇੱਕ ਸਿੱਖ ਦੇ ਲਈ ਸੀ ਕਿ ਆਪਣੇ ਆਲੇ ਦੁਆਲੇ ਹਰ ਦੀਨ ਦੁਨੀਆ ਦੀ ਮਦਦ ਵੱਧ ਚੜ੍ਹ ਕੇ ਕਰੋ, ਕਿਸੇ ਗਰੀਬ ਦੀ ਧੀ ਦਾ ਆਨੰਦ ਕਾਰਜ ਕਰਵਾਓ। ਇਹ ਹੁਕਮ ਹਰ ਇੱਕ ਸਿੱਖ ਦੇ ਉੱਤੇ ਲਾਗੂ ਹੁੰਦਾ ਹੈ, ਪਰ ਆਤਮ ਸਿੰਘ ਬਾਣੀ ਤਾਂ ਪੜ੍ਹਦਾ ਸੀ ਪਰ ਦਿਲ ਦੇ ਵਿੱਚ ਬਾਣੀ ਦਾ ਅਸਰ ਨਹੀਂ ਹੁੰਦਾ ਸੀ। ਜੇਕਰ ਕੋਈ ਘਰ ਮੰਗਣ ਆ ਜਾਵੇ ਤਾਂ ਉਸ ਨੂੰ ਬੋਲ ਕੇ ਭਜਾ ਦਿੰਦਾ ਸੀ। ਇੱਕ ਵਾਰ ਇੰਜ ਹੀ ਆਤਮ ਸਿੰਘ ਛੁੱਟੀਆਂ ਦੇ ਉੱਤੇ ਸ਼ਿਮਲਾ ਪਹੁੰਚੇ। ਇੱਕ ਘਰ ਸ਼ਿਮਲਾ ਦੇ ਵਿੱਚ ਵੀ ਆਤਮ ਸਿੰਘ ਦਾ ਪੱਕਾ ਹੀ ਸੀ। ਉਸ ਦੀ ਪਤਨੀ 3 ਲੜਕੇ ਛੁੱਟੀਆਂ ਦੇ ਉੱਤੇ ਗਏ। ਹੁਣ ਪਰਮਾਤਮਾ ਕਿਸ ਰੂਪ ਦੇ ਵਿੱਚ ਆ ਜਾਵੇ ਇਹ ਕੋਈ ਨਹੀਂ ਜਾਣਦਾ, ਨਾ ਮੈਂ ਤੇ ਨਾ ਤੁਸੀਂ। ਅਜਿਹਾ ਇੱਕ ਗਰੀਬ ਪਰਿਵਾਰ ਸਮੇਂ ਦੀ ਮਾਰ ਦਾ ਮਾਰਿਆ ਹੋਇਆ ਸ਼ਿਮਲਾ ਆਤਮ ਸਿੰਘ ਦੇ ਘਰ ਦੇ ਬਾਹਰ ਰਾਤ ਸਮੇਂ ਇੱਕ ਛੱਪੜ ਦਾ ਸਾਇਆ ਲੈ ਕੇ ਬੈਠ ਗਿਆ। ਮੀਂਹ ਆਪਣੇ ਜ਼ੋਰਾਂ ਦੇ ਉੱਤੇ ਸੀ। ਉਸ ਗਰੀਬ ਪਰਿਵਾਰ ਦੇ ਵਿੱਚ ਆਤਮ ਸਿੰਘ ਦੇ ਪਰਿਵਾਰ ਦੀ ਤਰ੍ਹਾਂ ਹੀ ਇੱਕ ਘਰਵਾਲੀ ਅਤੇ 3 ਛੋਟੇ ਲੜਕੇ ਸੀ। ਸ਼ਾਇਦ ਉਹ ਪਰਿਵਾਰ ਕਾਫ਼ੀ ਦਿਨਾਂ ਤੋਂ ਭੁੱਖਾ ਸੀ। ਪੂਰਾ ਦਿਨ ਤਾਂ ਉਹ ਪਰਿਵਾਰ ਘਰ ਦੇ ਬਾਹਰ ਬੈਠਾ ਰਿਹਾ, ਪਰ ਸ਼ਾਇਦ ਰਾਤ ਦੇ ਸਮੇਂ ਤੱਕ ਮੀਂਹ ਦੇ ਵਿੱਚ ਬੱਚੇ ਭੁੱਖ ਬਰਦਾਸ਼ਤ ਨਾ ਕਰ ਸਕੇ, ਅਤੇ ਆਖਰ ਪਰਿਵਾਰ ਦੇ ਬੰਦੇ ਨੇ ਆਤਮ ਸਿੰਘ ਦਾ ਦਰਵਾਜ਼ਾ ਖੜਕਾਇਆ। ਸ਼ਾਇਦ ਉਹ ਜਾਣਦਾ ਸੀ ਕਿ ਇੱਕ ਸਿੱਖ ਦਾ ਘਰ ਹੈ ਅਤੇ ਇੱਥੇ ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਖਾਣ ਨੂੰ ਮਿਲੇਗਾ। ਅਜਿਹੀ ਭਾਵਨਾ ਦੇ ਨਾਲ ਉਹ ਆਤਮ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ, ਅਤੇ ਦਰਵਾਜ਼ਾ ਖੋਲ੍ਹਣ ਦੇ ਲਈ ਆਤਮ ਸਿੰਘ ਬਾਹਰ ਆਇਆ। ਪਹਾੜੀ ਭਾਸ਼ਾ ਦੇ ਵਿੱਚ ਉਸ ਬੰਦੇ ਨੇ ਆਪਣੇ ਬੱਚਿਆਂ ਦੇ ਲਈ ਰੋਟੀ ਮੰਗੀ, ਪਰ ਆਤਮ ਸਿੰਘ ਗੁੱਸੇ ਦੇ ਨਾਲ ਭਰਿਆ ਹੋਇਆ ਉਸ ਬੰਦੇ ਦੇ ਉੱਤੇ ਬਰਸ ਪਿਆ ਅਤੇ ਉੱਥੋਂ ਉਸ ਨੂੰ ਭਜਾ ਦਿੱਤਾ। ਸ਼ਰਮਿੰਦਾ ਹੋ ਕੇ ਉਹ ਬੰਦਾ ਉੱਥੋਂ ਚਲਿਆ ਗਿਆ। ਹੁਣ ਪਤਾ ਨਹੀਂ ਉਹ ਪਰਿਵਾਰ ਕਿੰਨੇ ਕੁ ਦਿਨਾਂ ਦਾ ਭੁੱਖਾ ਸੀ, ਅਤੇ ਸਭ ਤੋਂ ਛੋਟਾ ਬੱਚਾ ਉਸੇ ਰਾਤ ਹੀ ਭੁੱਖ ਕਾਰਨ ਦਮ ਤੋੜ ਗਿਆ। ਪਰਿਵਾਰ ਅੰਮ੍ਰਿਤ ਵੇਲੇ ਹੀ ਰੋਣ ਲੱਗ ਪਿਆ। ਆਤਮ ਸਿੰਘ ਅੰਮ੍ਰਿਤ ਵੇਲੇ ਨਿਤਨੇਮ ਦੇ ਲਈ ਉੱਠਿਆ ਅਤੇ ਪਾਠ ਕਰਦੇ ਕਰਦੇ ਕੰਨਾਂ ਦੇ ਵਿੱਚ ਉਸ ਨੂੰ ਰੋਣ ਦੀਆਂ ਆਵਾਜ਼ਾਂ ਪਈਆਂ। ਸਿਕਿਉਰਿਟੀ ਵਾਲੇ ਭੇਜ ਕੇ ਉਸ ਨੇ ਉਸ ਪਰਿਵਾਰ ਨੂੰ ਉੱਥੋਂ ਭਜਾਉਣ ਵਾਸਤੇ ਕਿਹਾ, ਕਿਉਂਕਿ ਉਸ ਪਰਿਵਾਰ ਦੇ ਰੋਣੇ ਦੇ ਨਾਲ ਉਸ ਨੂੰ ਪਾਠ ਕਰਨ ਦੇ ਵਿੱਚ ਡਿਸਟਰਬ ਹੋ ਰਿਹਾ ਸੀ। ਹੁਣ ਇੱਥੇ ਇੱਕ ਬਹੁਤ ਹੀ ਵੱਡੀ ਗੱਲ ਹੈ। ਇੱਕ ਗੱਲ ਤਾਂ ਇਹ ਕਿ ਇੱਕ ਸਿੱਖ ਦੇ ਘਰ ਦੇ ਅੱਗੇ ਕੋਈ ਭੁੱਖਾ ਮਰ ਗਿਆ, ਅਤੇ ਦੂਸਰਾ ਉਹ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਇਨਸਾਨ ਨੂੰ ਇਨਸਾਨ ਦੇ ਨਾਲ ਖੜਾ ਹੋਣਾ ਚਾਹੀਦਾ ਸੀ, ਉੱਥੇ ਰੋਂਦੇ ਪਰਿਵਾਰ ਨੂੰ ਮੀਂਹ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ। ਉਹ ਵੀ ਇਸ ਕਰਕੇ ਕਿਉਂਕਿ ਆਤਮ ਸਿੰਘ ਦੇ ਬੱਚਿਆਂ ਦੀ ਨੀਂਦ ਉਹ ਰੋਣਾ ਸੁਣ ਕੇ ਖਰਾਬ ਹੋ ਰਹੀ ਸੀ, ਅਤੇ ਉਸ ਨੂੰ ਬਾਣੀ ਪੜ੍ਹਨ ਦੇ ਵਿੱਚ ਡਿਸਟਰਬ ਹੋ ਰਿਹਾ ਸੀ। ਪਰ ਸਾਨੂੰ ਬਾਣੀ ਇਹ ਨਹੀਂ ਸਿਖਾਉਂਦੀ, ਇਸ ਤਰ੍ਹਾਂ ਤਾਂ ਬਾਣੀ ਪੜ੍ਹਨਾ ਵੀ ਬੇਅਰਥ ਹੈ ਜੇਕਰ ਅਜਿਹੇ ਕਰਮ ਹੀ ਬਣਾਉਣੇ ਨੇ। ਕਹਿੰਦੇ ਨੇ ਕਿ ਉਹ ਪਰਿਵਾਰ ਮੁੜ ਉੱਥੇ ਦਿਖਾਈ ਨਹੀਂ ਦਿੱਤਾ, ਸ਼ਾਇਦ ਉਹ ਸਾਰਾ ਪਰਿਵਾਰ ਮਰ ਗਿਆ ਜਾਂ ਫਿਰ ਕਿਤੇ ਹੋਰ ਚਲਿਆ ਗਿਆ। ਸਮਾਂ ਲੰਘਿਆ, ਆਤਮ ਸਿੰਘ ਰਿਟਾਇਰ ਹੋਇਆ, 3 ਲੜਕਿਆਂ ਦੇ ਵਿੱਚੋਂ ਇੱਕ ਡਾਕਟਰ ਬਣਿਆ, ਇੱਕ ਫੌਜ ਦੇ ਵਿੱਚ ਕਰਨਲ ਅਤੇ ਤੀਸਰਾ ਲੜਕਾ ਆਪਣਾ ਕਾਰੋਬਾਰ ਕਰਨ ਲੱਗਿਆ। ਸਾਰਾ ਪਰਿਵਾਰ ਸ਼ਿਮਲਾ ਉਸੇ ਘਰ ਦੇ ਵਿੱਚ ਵਾਪਸ ਰਹਿਣ ਲੱਗੇ। ਹੁਣ ਸਮੇਂ ਦੀ ਚਾਲ ਵੇਖੋ, ਆਤਮ ਸਿੰਘ ਦੀ ਪਤਨੀ ਦਾ ਦਿਹਾਂਤ ਹੋ ਗਿਆ ਅਤੇ ਸਮੇਂ ਦੇ ਨਾਲ ਆਤਮ ਸਿੰਘ ਖੁਦ ਪੈਰਾਲਾਈਜ਼ ਹੋ ਕੇ ਬਿਸਤਰ ਦੇ ਉੱਤੇ ਪੈ ਗਿਆ, ਹਿਲਜੁਲ ਨਹੀਂ ਸਕਦਾ ਸੀ। ਬੱਚਿਆਂ ਦੇ ਵਿਆਹ ਹੋ ਗਏ ਅਤੇ ਪਰਿਵਾਰਾਂ ਦੇ ਵਿੱਚ ਖੋਜ ਸਨ। ਹੁਣ ਆਤਮ ਸਿੰਘ ਦੀ ਦੇਖਰੇਖ ਕੌਣ ਕਰੇ? ਇਸੇ ਕਰਕੇ ਇੱਕ ਨੌਕਰ ਉਸ ਦੀ ਦੇਖਭਾਲ ਦੇ ਲਈ ਰੱਖ ਲਿਆ ਜੋ ਉਸ ਨੂੰ ਖਿਲਾਉਂਦਾ ਪਿਲਾਉਂਦਾ ਸੀ ਅਤੇ ਉਸ ਦੀ ਸਾਫ਼ ਸਫਾਈ ਵੀ ਕਰਦਾ ਸੀ। ਇੱਕ ਦਿਨ 3 ਲੜਕਿਆਂ ਨੇ ਵਿਦੇਸ਼ ਘੁੰਮਣ ਦਾ ਪਲਾਨ ਬਣਾਇਆ। ਆਤਮ ਸਿੰਘ ਦੀ ਜ਼ਿੰਮੇਵਾਰੀ ਨੌਕਰ ਨੂੰ ਦੇ ਕੇ ਸਣੇ ਪਰਿਵਾਰ 3 ਲੜਕੇ ਵਿਦੇਸ਼ ਚਲੇ ਗਏ ਅਤੇ ਨੌਕਰ ਨੂੰ ਇਹ ਕਹਿ ਦਿੱਤਾ ਕਿ ਪਿਤਾ ਜੀ ਨੂੰ ਸਮੇਂ ਸਿਰ ਖਿਲਾ ਪਿਲਾ ਦੇਵੀਂ ਅਤੇ ਉਹਨਾਂ ਦੀ ਸਫਾਈ ਕਰ ਦੇਵੀਂ, ਅਤੇ 4 ਮਹੀਨਿਆਂ ਦੇ ਲਈ ਉਹ ਪਰਿਵਾਰ ਉੱਥੋਂ ਚਲਿਆ ਗਿਆ। ਹੁਣ ਘਰ ਦੇ ਵਿੱਚ ਆਤਮ ਸਿੰਘ ਅਤੇ ਉਹ ਨੌਕਰ ਹੀ ਸੀ। ਲੜਕਿਆਂ ਨੂੰ ਗਏ ਨੂੰ 2 ਦਿਨ ਹੀ ਹੋਏ ਸੀ ਕਿ ਨੌਕਰ ਕਮਰੇ ਅਤੇ ਘਰ ਨੂੰ ਤਾਲਾ ਲਗਾ ਕੇ ਬਾਹਰ ਬਾਜ਼ਾਰ ਦੇ ਵਿੱਚੋਂ ਸਮਾਨ ਲੈਣ ਚਲਿਆ ਗਿਆ। ਨੌਕਰ ਦਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ, ਲੋਕ ਉਸ ਨੂੰ ਹਸਪੀਟਲ ਲੈ ਗਏ ਅਤੇ ਨੌਕਰ ਕੌਮਾ ਦੇ ਵਿੱਚ ਚਲਿਆ ਗਿਆ ਅਤੇ ਕਦੀ ਕੌਮਾ 'ਚੋਂ ਬਾਹਰ ਹੀ ਨਹੀਂ ਆ ਸਕਿਆ। ਉੱਧਰ ਘਰ ਦੇ ਵਿੱਚ ਇਕੱਲਾ ਆਤਮ ਸਿੰਘ ਭੁੱਖ ਦੇ ਨਾਲ ਚੀਕਾਂ ਮਾਰ ਰਿਹਾ ਸੀ, ਨਾ ਹਿੱਲ ਸਕਦਾ ਸੀ ਅਤੇ ਨਾ ਹੀ ਕਿਸੇ ਨੂੰ ਫੋਨ ਕਰ ਸਕਦਾ ਸੀ, ਭੁੱਖ ਦੇ ਨਾਲ ਅੰਦਰ ਹੀ ਅੰਦਰ ਤੜਫਦਾ ਰਿਹਾ।
हुण 4 महीनों बाद परिवार वापिस आया। दरवाजे खोले तो सारा परिवार हैरान हो गया कि जिवें घर नूं कदी खोलिया ही ना होवे। पिता का कमरा लॉक सी, चाबी नौकर दे कोल सी। दरवाजा तोड़िया गया तां देखिया कि आतम सिंह दी सड़ी गली लाश कंकाल बन चुकी है। नौकर नूं लभिया गया तां पता लग्या कि हाले भी वह कौमा दे विच ही है। गुआंढियां ने कहा कि चीकां दीआं आवाज़ां तां सानूं आउंदियां सी पर सानूं लग्या कि शायद वह बीमार है, इस करके शायद वह चीकां मार रहा होवे। हौली हौली आतम सिंह दीआं आवाज़ां भी बंद हो गईआं ते गुआंढियां ने कहा कि उन्हां दीआं चीकां बंद होण तों बाद आपां रातां दी नींद आराम ना सुते। सो इह घटना आतम सिंह दी इक बहुत वड्डी घटना है जां फिर गलती भी कह सकते हो। इस दा नतीजा की होया तुसीं आतम सिंह दी हालत तों अंदाजा लगा सकते हो। गरीब दा मूंह गुरु दी गोलक, ये गल एक सच्चाई है ते सानूं इह मन्नणी ही पैणी है।